हेलो दोस्तों, स्वागत है तुहाडा एग्जाम स्टडी विच। अगला पार्ट है जो पी टेस्ट स्टडी 6वीं ते 10वीं दी किताबें विचों जो चुने हुए प्रश्न ने, बहुत ही इंपोर्टेंट ने। अक्सर है जो पी टेट है जो उस विच इन्हां बुक्स विचों ज़्यादातर क्वेश्चन पूछे जाते हैं। तो चलो जी शुरू करते हैं। भारत के वर्तमान राष्ट्रपति का नाम, जो वर्तमान ने एज ए प्रेजेंट ने, उन्हें श्री रामनाथ कोविंद जी। सेकंड प्रश्न है, भारत के वर्तमान प्रधानमंत्री का नाम, श्री नरेंद्र दास दामोदर दास मोदी, इनका पूरा नाम है जी। अक्सर श्री नरेंद्र मोदी कहा जाता है, मोदी मोदी भी कहा जाता है, पर उनका पूरा नाम श्री नरेंद्र दामोदर दास मोदी है। तीसरा प्रश्न है, भारत में कितने राज अते केंद्र शासित प्रदेश हैं? भारत में 29 राज अते 7 केंद्र शासित प्रदेश ने। अगला प्रश्न है, भारत में किस किस्म की शासन प्रणाली है? ये है जी लोकतंत्री संसदीय शासन प्रणाली जो भारत में है। पांचवा प्रश्न है, भारत की सब तो लंबी थल सीमा किस देश नाल लगती है? ये लगती है जी बांग्लादेश नाल। छेवां प्रश्न है, भारत के किस राज दीआं सीमावां सब तो वध राजां नाल लगदियां हन? वो है जी भारत का उत्तर प्रदेश राज, जिस नाल है सब तो वध राज्यां दीआं सीमावां लगदियां ने। अरावली पर्बत की सब तो उच्ची चोटी का नाम, वो है जी गुरु शिखर 1722 मीटर। अठवां प्रश्न है, दक्षण की बुढ़ी गंगा किस नूं कहिंदे हन? वो कहिंदे है जी गोदावरी नदी नूं, दक्षण की बुढ़ी गंगा। भारत का सब तो उच्चा डैम केड़ा है? ये है जी टीरी डैम, 260 मीटर है, भागीरथी नदी उत्ते स्थित है। ये भारत की सब तो लंबी सुरंग केड़ी है? ये है जी पीर पंजाल सुरंग, जम्मू ते कश्मीर विच है, जो भारत की सब तो लंबी सुरंग कही जाती है, पीर पंजाल सुरंग। भारत की सब तो उच्ची मीनार केड़ी है? ये है जी फतेह बुरज चप्पड़चिड़ी। भारत का सब तो लंबा समुद्री बीच केड़ा है? यह है जी मैरीना बीच चेन्नई बीच, जो भारत का सब तो लंबा बीच है। प्रसिद्ध स्मारक चार मीनार कित्थे स्थित है? यह है जी हैदराबाद बीच। भारत का सब तो वध आबादी वाले राज का नाम दसो? यह है जी उत्तर प्रदेश, जो भारत का सब तो वध आबादी वाला है। ਭਾਰਤ ਦੀ ਸਭ ਤੋਂ ਵੱਡੀ ਬੰਦਰਗਾਹ ਮੁੰਬਈ, ਮੁੰਬਈ ਨੂੰ ਹੈ ਜੋ ਭਾਰਤ ਦਾ ਗੇਟਵੇ ਵੀ ਕਿਹਾ ਜਾਂਦਾ ਹੈ। ਭਾਰਤ ਵਿੱਚ ਸਭ ਤੋਂ ਉੱਚਾ ਹਵਾਈ ਅੱਡਾ ਕਿੱਥੇ ਹੈ? ਇਹ ਹੈ ਲੇਹ ਵਿੱਚ, ਜੋ ਜੰਮੂ ਕਸ਼ਮੀਰ 'ਚ ਹੈ। ਭਾਰਤ ਦਾ ਸਭ ਤੋਂ ਉੱਚਾ ਹਵਾਈ ਅੱਡਾ ਲੇਹ ਲਦਾਖ, ਯਾਨੀ ਕਿ ਲੇਹ ਵਿੱਚ। ਭਾਰਤੀ ਰੇਲ ਦਾ ਸਭ ਤੋਂ ਲੰਬਾ ਰੂਟ ਕਿਹੜਾ ਹੈ? ਡਿਬਰੂਗੜ੍ਹ ਅਸਾਮ ਤੋਂ ਕੰਨਿਆਕੁਮਾਰੀ ਤਾਮਿਲਨਾਡੂ ਤੱਕ, ਜੋ ਭਾਰਤੀ ਰੇਲ ਦਾ ਸਭ ਤੋਂ ਲੰਬਾ ਰੂਟ ਹੈ। ਭਾਰਤ ਦੇ ਰਾਸ਼ਟਰਪਤੀ ਰਾਸ਼ਟਰੀ ਫੁੱਲ ਦਾ ਨਾਮ ਦੱਸੋ? ਉਹ ਹੈ ਜੀ ਕਮਲ ਦਾ ਫੁੱਲ। ਭਾਰਤ ਦੇ ਰਾਸ਼ਟਰੀ ਫਲ ਦਾ ਨਾਮ, ਰਾਸ਼ਟਰੀ ਫਲ ਹੈ ਜੀ ਅੰਬ। ਭਾਰਤ ਦਾ ਰਾਸ਼ਟਰੀ ਗਾਨ ਕਿਸ ਦੁਆਰਾ ਲਿਖਿਆ ਗਿਆ? ਇਹ ਲਿਖਿਆ ਗਿਆ ਸੀਗਾ ਜੀ ਰਵਿੰਦਰਨਾਥ ਟੈਗੋਰ ਦੁਆਰਾ। ਭਾਖੜਾ ਨੰਗਲ ਯੋਜਨਾ ਤੋਂ ਕਿਹੜੇ ਕਿਹੜੇ ਰਾਜਾਂ ਨੂੰ ਲਾਭ ਹੁੰਦਾ ਹੈ?
ਇਹ ਹੁੰਦਾ ਜੀ ਪੰਜਾਬ ਹਰਿਆਣਾ ਅਤੇ ਰਾਜਸਥਾਨ ਨੂੰ ਭਾਖੜਾ ਨੰਗਲ ਯੋਜਨਾ ਤੋਂ ਲਾਭ ਹੁੰਦਾ ਹੈ ਅਤੇ ਨਾਰਾਜ਼ ਨੇ ਇਹ। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ ਸਭ ਤੋਂ ਵੱਧ ਵਰਖਾ ਕਿੱਥੇ ਹੁੰਦੀ ਹੈ? ਇਹ ਹੁੰਦੀ ਹੈ ਜੀ ਮਸੀਨਰਾਮ, ਜੋ ਚਿਰਾਪੂੰਜੀ ਨੇੜੇ ਹੈ, ਉੱਥੇ ਹੈ ਜੋ ਸਭ ਤੋਂ ਵੱਧ ਵਰਖਾ ਹੁੰਦੀ ਹੈ। 23ਵਾਂ ਪ੍ਰਸ਼ਨ ਹੈ, ਸੰਸਾਰ ਪੱਧਰ 'ਤੇ ਚਾਵਲ ਪੈਦਾਵਾਰ ਵਿੱਚ ਭਾਰਤ ਦਾ ਕਿਹੜਾ ਸਥਾਨ ਹੈ? ਇਹ ਹੈ ਜੀ ਸੈਕਿੰਡ, ਯਾਨੀ ਕਿ ਦੂਜਾ ਸਥਾਨ ਹੈ ਸੰਸਾਰ ਪੱਧਰ 'ਤੇ ਚਾਵਲ ਦੀ ਪੈਦਾਵਾਰ ਕਰਨ ਵਿੱਚ ਭਾਰਤ ਦਾ ਦੂਸਰਾ ਸਥਾਨ ਹੈ। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ ਸਭ ਤੋਂ ਜ਼ਿਆਦਾ ਖਣਿਜ ਤੇਲ ਕਿੱਥੋਂ ਪ੍ਰਾਪਤ ਹੁੰਦਾ ਹੈ? ਇਹ ਹੁੰਦਾ ਜੀ ਬੰਬੇ ਹਾਈ ਤੋਂ। ਇਹ ਹੈ ਜੋ ਪਿਛਲੀ ਵਾਰ ਜੋ PTET ਹੋਇਆ ਸੀ 25 ਫਰਵਰੀ ਨੂੰ, ਉਸ ਵਿੱਚ ਕੁਐਸਚਨ ਆਇਆ ਹੋਇਆ ਹੈ, ਭਾਰਤ ਵਿੱਚ ਸਭ ਤੋਂ ਜ਼ਿਆਦਾ ਜੋ ਖਣਿਜ ਤੇਲ ਹੈ ਕਿੱਥੋਂ ਪ੍ਰਾਪਤ ਹੁੰਦਾ ਹੈ? ਉਹ ਹੁੰਦਾ ਬੰਬੇ ਹਾਈ ਤੋਂ। 25ਵਾਂ ਪ੍ਰਸ਼ਨ ਹੈ, ਚਿਲਕਾ ਝੀਲ ਕਿਸ ਰਾਜ ਵਿੱਚ ਸਥਿਤ ਹੈ? ਇਹ ਹੈ ਜੀ ਉੜੀਸਾ ਵਿੱਚ। 26ਵਾਂ ਪ੍ਰਸ਼ਨ ਹੈ, ਦੁੱਧ ਉਤਪਾਦਨ ਵਿੱਚ ਭਾਰਤ ਦਾ ਦੁਨੀਆ ਵਿੱਚ ਕਿਹੜਾ ਸਥਾਨ ਹੈ? ਦੁੱਧ ਉਤਪਾਦਨ ਵਿੱਚ ਹੈ ਜੋ ਪਹਿਲਾ ਸਥਾਨ ਹੈ ਅਤੇ ਚਾਵਲ ਦੀ ਪੈਦਾਵਾਰ ਵਿੱਚ ਹੈ ਜੋ ਦੂਸਰਾ ਸਥਾਨ ਹੈ। ਭਾਰਤ ਦਾ ਸ਼ੇਕਸਪੀਅਰ ਕਿਸ ਨੂੰ ਕਿਹਾ ਜਾਂਦਾ ਹੈ? ਇਹ ਕਿਹਾ ਜਾਂਦਾ ਹੈ ਜੀ ਕਾਲੀਦਾਸ ਨੂੰ, ਭਾਰਤ ਦਾ ਸ਼ੇਕਸਪੀਅਰ। ਭਾਰਤ ਦੀ ਰਾਸ਼ਟਰੀ ਖੇਡ ਦਾ ਨਾਮ? ਉਹ ਹੈ ਜੀ ਹਾਕੀ। ਭਾਰਤੀ ਚੋਣ ਕਮਿਸ਼ਨ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? ਇਹ ਹੈ ਜੀ ਨਵੀਂ ਦਿੱਲੀ 'ਚ। ਜੋ ਭਾਰਤੀ ਚੋਣ ਕਮਿਸ਼ਨ ਦਾ ਮੁੱਖ ਦਫ਼ਤਰ ਹੈ ਜੋ ਨਵੀਂ ਦਿੱਲੀ ਵਿੱਚ ਹੈ। ਭਾਰਤ ਇੰਗਲੈਂਡ ਤੋਂ ਕਿੰਨੇ ਗੁਣਾ ਵੱਡਾ ਹੈ? ਭਾਰਤ ਹੈ ਜੋ ਇੰਗਲੈਂਡ ਤੋਂ 12 ਗੁਣਾ ਵੱਡਾ ਹੈ। ਸੁਤੰਤਰਤਾ ਦਿਵਸ ਦੇ ਮੌਕੇ 'ਤੇ ਦਿੱਲੀ ਦੇ ਲਾਲ ਕਿਲ੍ਹੇ 'ਤੇ ਤਿਰੰਗਾ ਕੌਣ ਲਹਿਰਾਉਂਦਾ ਹੈ? ਉਹ ਲਹਿਰਾਉਂਦਾ ਹੈ ਜੀ ਪ੍ਰਧਾਨ ਮੰਤਰੀ। ਪਹਿਲੀ ਭਾਰਤੀ ਮਹਿਲਾ ਰਾਸ਼ਟਰਪਤੀ ਦਾ ਨਾਮ ਦੱਸੋ। ਉਹ ਨੇ ਜੀ ਸ੍ਰੀਮਤੀ ਪ੍ਰਤਿਭਾ ਪਾਟਿਲ। ਭਾਰਤ ਵਿੱਚ ਨੋਟਬੰਦੀ ਕਦੋਂ ਕੀਤੀ ਗਈ? ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, 9 ਨਵੰਬਰ 2016 ਨੂੰ ਜੋ ਭਾਰਤ ਵਿੱਚ ਹੈ ਨੋਟਬੰਦੀ ਕੀਤੀ ਗਈ ਸੀ। ਉਸ ਤੋਂ ਇਹ ਬਹੁਤ ਹੀ ਬਰੀਕੀ ਨਾਲ ਕੱਢੇ ਹੋਏ ਕੁਐਸਚਨ ਨੇ, ਤੁਹਾਨੂੰ ਹੈ ਜੋ 6ਵੀਂ ਅਤੇ 10ਵੀਂ ਦੀਆਂ ਬੁੱਕਸ ਹੈ ਜੋ ਪੜ੍ਹਨ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਸਾਡੇ ਚੈਨਲ ਨੂੰ ਫੋਲੋ ਕਰਦੇ ਹੋ, ਸਬਸਕ੍ਰਾਈਬ ਜ਼ਰੂਰ ਕਰਿਓ, ਤਾਂ ਹੀ ਤੁਹਾਨੂੰ ਅਪਡੇਟ ਮਿਲਦੀ ਰਹੇ। ਅਗਲਾ ਪ੍ਰਸ਼ਨ ਹੈ, ਭਾਰਤ ਅਤੇ ਚੀਨ ਦੇ ਵਿਚਕਾਰ ਖਿੱਚੀ ਗਈ ਸੀਮਾ ਰੇਖਾ ਦਾ ਨਾਮ ਦੱਸੋ। ਜਿਹੜੀ ਭਾਰਤ ਅਤੇ ਚੀਨ ਨੂੰ ਵੰਡਦੀ ਹੈ ਉਹ ਰੇਖਾ ਹੈ ਜੀ ਮੈਕਮੋਹਨ ਰੇਖਾ। ਉਸ ਪਹਿਲੀ ਭਾਰਤੀ ਮਹਿਲਾ ਦਾ ਨਾਮ ਦੱਸੋ ਜਿਸਨੇ ਨੋਬਲ ਪੁਰਸਕਾਰ ਪ੍ਰਾਪਤ ਕੀਤਾ। ਉਹ ਸੀ ਜੀ ਮਾਦਰ ਟੈਰੇਸਾ, ਪਹਿਲੀ ਭਾਰਤੀ ਮਹਿਲਾ ਸੀ ਜਿਸਨੇ ਜੋ ਨੋਬਲ ਪੁਰਸਕਾਰ ਪ੍ਰਾਪਤ ਕੀਤਾ ਸੀ। ਭਾਰਤ ਦੀ ਮੁਦਰਾ ਕਰੰਸੀ ਦਾ ਨਾਮ ਦੱਸੋ। ਇਹ ਹੈ ਜੀ ਰੁਪਈਆ, ਜੋ ਭਾਰਤ ਦੀ ਮੁਦਰਾ ਕਰੰਸੀ ਹੈ। 1857 ਈਸਵੀ ਵਿਦਰੋਹ ਦਾ ਪਹਿਲਾ ਸ਼ਹੀਦ ਕੌਣ ਸੀ? ਉਹ ਸੀਗਾ ਜੀ ਮੰਗਲ ਪਾਂਡੇ। ਇਹਨੂੰ ਆਜ਼ਾਦੀ ਦੀ ਪਹਿਲੀ ਲੜਾਈ ਵੀ ਕਿਹਾ ਜਾਂਦਾ ਹੈ। ਆਜ਼ਾਦੀ ਹੈ ਸਾਨੂੰ 1857 ਵਿੱਚ ਹੀ ਮਿਲ ਜਾਣੀ ਸੀ ਜੇਕਰ ਜੇ ਇਹ ਵਿਦਰੋਹ ਹੈ ਜੋ ਸਫਲ ਹੋ ਜਾਂਦਾ, ਪਰ ਦੋਗਲੀ ਨੀਤੀ ਕਾਰਨ ਹੈ ਜੋ ਵਿੱਚ ਕੁਝ ਜੋ ਲੀਡਰ ਸੀਗੇ ਬੇਈਮਾਨ ਸੀਗੇ, ਉਹਨਾਂ ਦੀ ਧੋਖੇਬਾਜ਼ੀ ਕਾਰਨ ਹੈ ਜੋ ਵਿਦਰੋਹ ਅਸਫਲ ਹੋ ਗਿਆ ਸੀ। ਕਈ ਜਗ੍ਹਾ 'ਤੇ ਅਜੇ ਵਿਦਰੋਹ ਹੋਇਆ ਨਹੀਂ ਸੀ, ਜਿਵੇਂ ਕਿ ਗੁਜਰਾਤ ਹੈ, ਉਸ ਜਗ੍ਹਾ 'ਤੇ ਵਿਦਰੋਹ ਨਹੀਂ ਹੋਇਆ ਸੀਗਾ। ਕਈਆਂ 'ਤੇ ਖੁੱਲ੍ਹ ਕੇ ਹੋਇਆ ਸੀ, ਕਈਆਂ 'ਤੇ ਹੋਇਆ ਨਹੀਂ ਸੀ।
ਇਹੀ ਕਾਰਨ ਸੀਗਾ ਇਹਦਾ ਜੋ ਸਫਲ ਹੋ ਗਿਆ ਸੀ ਵਿਦਰੋਹ। ਅਤੇ ਇਹਦਾ ਸ਼ਹੀਦ ਸੀਗਾ ਜੋ ਪਹਿਲਾਂ ਮੰਗਲ ਪਾਂਡੇ ਸੀ। ਜਨਸੰਖਿਆ ਦੀ ਦ੍ਰਿਸ਼ਟੀ ਤੋਂ ਭਾਰਤ ਦਾ ਸੰਸਾਰ ਵਿੱਚ ਕਿਹੜਾ ਸਥਾਨ ਹੈ? ਜਨਸੰਖਿਆ ਦੀ ਦ੍ਰਿਸ਼ਟੀ ਤੋਂ ਇਹ ਹੈ ਜੀ ਦੂਜਾ ਸਥਾਨ। ਆਜ਼ਾਦੀ ਤੋਂ ਪਹਿਲਾਂ ਕਿਹੜਾ ਭਾਰਤੀ ਖੇਤਰ ਕਾਲਾ ਪਾਣੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ? ਆਜ਼ਾਦੀ ਤੋਂ ਪਹਿਲਾਂ ਨਹੀਂ ਗੱਲ ਕਰੀ ਜਾਂਦੀ ਹੈ, ਕਿਹੜਾ ਭਾਰਤੀ ਖੇਤਰ ਸੀ ਜੋ ਕਾਲੇ ਪਾਣੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ? ਉਹ ਸੀਗਾ ਜੀ ਅੰਡੇਮਾਨ ਨਿਕੋਬਾਰ ਦੀਪ ਸਮੂਹ। ਅਗਲਾ ਪ੍ਰਸ਼ਨ ਹੈ, ਸੰਸਾਰ ਦੀ ਸਭ ਤੋਂ ਪਹਿਲੀ ਮਹਿਲਾ ਗਵਰਨਰ ਦਾ ਨਾਮ ਦੱਸੋ। ਉਹ ਹੈ ਜੀ ਸਰੋਜਨੀ ਨਾਇਡੂ, ਜੋ ਭਾਰਤ ਦੀ ਸਭ ਤੋਂ ਪਹਿਲੀ ਮਹਿਲਾ ਗਵਰਨਰ ਸੀ। ਅਗਲਾ ਜੀ, ਸੰਸਾਰ ਵਸੋਂ ਦਿਵਸ ਕਦੋਂ ਮਨਾਇਆ ਜਾਂਦਾ ਹੈ? ਇਹ ਮਨਾਇਆ ਜਾਂਦਾ ਹੈ ਜੀ 11 ਜੁਲਾਈ ਨੂੰ। ਪ੍ਰਿਥਵੀ 'ਤੇ ਥਲ ਭਾਗ ਕਿੰਨੇ ਪ੍ਰਤੀਸ਼ਤ ਹੈ? ਇਹ ਹੈ ਜੀ 29%। ਵਿਸ਼ਵ ਦੇ ਸਭ ਤੋਂ ਵੱਡੇ ਹਿਮਨਦੀ ਗਲੇਸ਼ੀਅਰ ਦਾ ਨਾਂ ਕੀ ਹੈ? ਇਹ ਹੈ ਜੀ ਬੀਅਰਡ ਮੋਰ ਹਿਮਨਦ ਅੰਟਾਰਕਟਿਕਾ। ਚੈਜੂ ਵਿਸ਼ਵ ਦੇ ਸਭ ਤੋਂ ਵੱਡੇ ਹਿਮਨਦੀ ਗਲੇਸ਼ੀਅਰ ਦਾ ਨਾਮ ਹੈ। ਐਟਾਕਾਮਾ ਮਾਰੂਥਲ ਕਿਹੜੇ ਦੋ ਦੇਸ਼ਾਂ ਵਿੱਚ ਫੈਲਿਆ ਹੈ? ਇਹ ਫੈਲਿਆ ਜੀ ਪੇਰੂ ਅਤੇ ਚਿੱਲੀ ਵਿੱਚ। ਅਗਲਾ ਪ੍ਰਸ਼ਨ ਹੈ, ਕਿਹੜੇ ਦੇਸ਼ ਨੂੰ 10,000 ਝੀਲਾਂ ਦੀ ਭੂਮੀ ਕਿਹਾ ਜਾਂਦਾ ਹੈ? ਉਹ ਦੇਸ਼ ਹੈ ਜੀ ਫਿਨਲੈਂਡ, ਜਿਸ ਨੂੰ 10,000 ਝੀਲਾਂ ਦੀ ਭੂਮੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਪ੍ਰੈਰੀਜ਼ ਅਤੇ ਸਟੈਪੀਜ਼ ਘਾਹ ਦੇ ਮੈਦਾਨਾਂ ਵਿੱਚ ਕਿਹੜੀ ਫਸਲ ਉਗਾਈ ਜਾਂਦੀ ਹੈ, ਜ਼ਿਆਦਾ ਉਗਾਈ ਜਾਂਦੀ ਹੈ? ਉਹ ਹੈ ਜੀ ਕਣਕ। ਅੱਧੀ ਰਾਤ 'ਤੇ ਸੂਰਜ ਦਾ ਦੇਸ਼ ਕਿਸ ਨੂੰ ਕਿਹਾ ਜਾਂਦਾ ਹੈ? ਬਹੁਤ ਇੰਪੋਰਟੈਂਟ ਹੈ, ਕਿਹਾ ਜਾਂਦਾ ਜੀ ਨਾਰਵੇ ਦੇਸ਼ ਨੂੰ, ਅੱਧੀ ਰਾਤ 'ਤੇ ਸੂਰਜ ਦਾ ਦੇਸ਼ ਕਿਹਾ ਜਾਂਦਾ ਹੈ। ਵਿਸ਼ਵ ਦਾ ਸਭ ਤੋਂ ਜ਼ਿਆਦਾ ਚੁਕੰਦਰ ਤੋਂ ਚੀਨੀ ਉਤਪਾਦਨ ਕਰਨ ਵਾਲਾ ਦੇਸ਼ ਕਿਹੜਾ ਹੈ? ਉਹ ਹੈ ਜੀ ਰੂਸ। ਸੰਸਾਰ ਨੂੰ ਸਿਫਰ ਦਾ ਸਿਧਾਂਤ ਕਿਸ ਦੇਸ਼ ਨੇ ਦਿੱਤਾ? ਉਹ ਦਿੱਤਾ ਸੀ ਭਾਰਤ ਨੇ ਜੀ। ਅੰਤਰਰਾਸ਼ਟਰੀ ਮਜ਼ਦੂਰ ਦਿਵਸ ਕਦੋਂ ਮਨਾਇਆ ਜਾਂਦਾ ਹੈ? ਇਹ ਮਨਾਇਆ ਜਾਂਦਾ ਹੈ ਜੀ 1 ਮਈ ਨੂੰ, ਯਾਨੀ ਕਿ ਮਈ ਆਉਣ ਵਾਲੀ ਹੈ, ਜਨਵਰੀ ਖਤਮ ਹੋਣ ਵਾਲੀ ਹੈ, ਜੋ ਫਰਵਰੀ ਮਾਰਚ ਅਪ੍ਰੈਲ ਮਈ, 1 ਮਈ ਨੂੰ ਹੈ ਜੋ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ। ਸੋ ਦੋਸਤੋ, ਇਹ ਇੰਪੋਰਟੈਂਟ ਪ੍ਰੈਸ਼ਨ ਸੀ, ਅਗਲਾ ਭਾਗ ਕੱਲ੍ਹ ਲੈ ਕੇ ਆਵਾਂਗੇ। ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਧੰਨਵਾਦ ਜੀ।